वाहेगुरु जी का खालसा, वाहेगुरु जी की फतेह। अज आप फिर अखाड़े च, तो कल तुम देख ही लिता सी कि साढ़े वीर जी होने जे बाटे मांजन की सेवा कर रहे थे। सो अज की जी वीडियो है आप गल करते हैं कि हूँ अपने अखाड़ा लगता है जरा शाम को 6 बजे तो लैके 9 बजे तक अखाड़ा लगता है अपना, तो उदा ही जो गुरद्वारा साहब के अंदर गुरमत क्लासा लगदी हैं बाणी ते शब्द कीर्तन बारे। सो साडे अखाड़े च बड़े जड़े हैगे अपने सिंह हैगे ने जिहड़े अंदर गुरबाणी सीखण भी जांदे गुरमत क्लासा लगांदे ने। सो शाम दे टाइम उन्हां दा बुक ही उन्हां नूं पता है, पहले वो गुरमत क्लासा लगाण जांदे ने फिर वो अखाड़े च आउंदे ने। ਤਾਂ ਵੀ ਗੁਰੂ ਤੇਗ ਬਹਾਦਰ ਦਾ ਸਿੱਖ ਕੋਈ ਤਾਂ ਵੀ ਗੁਰੂ ਤੇਗ ਬਹਾਦਰ ਦਾ ਸਿੱਖ ਕੋਈ ਮੁਸਲਮਾਨ ਬਣਾਇਆ ਨਹੀਂ ਉਹ ਜਾ ਸਕਦਾ ਮੁਸਲਮਾਨ ਨਾ ਬਣਾਇਆ ਜਿਨੋ ਨਾ ਚੁੱਪ ਮੁਸਲਮਾਨ ਬਣਾਇਆ ਮੁਸਲਮਾਨ ਬਣਾਇਆ ਨਹੀਂ ਉਹ ਨਹੀਂ ਉਹ ਜਾ ਸਕਦਾ ਹਾਂ ਨਹੀਂ ਉਹ ਜਾ ਸਕਦਾ ਫੋਕਸ ਕਰ ਕੇ ਸੁਣਿਆ ਕਰੋ ਹੁਣ ਬੋਲੋ ਮੇਰੀ ਜਿਹੜੀ ਲਾਈਨ ਬੋਲੂਗਾ ਗਾ ਕੇ ਬੋਲਣਾ ਇਕੱਠੇ ਨਾਲ ਸਟਾਰਟ ਕਰ ਦਿਓ ਠੀਕ ਹੈ ਆ ਰਹਾ ਮਤੀ ਦਾਸ ਦੇ ਸੀਸ ਉੱਤੇ ਰੱਖ ਯਾਰਾ ਗੁੱਸੇ ਨਾਲ ਸੀ ਜੱਲਾਦ ਇਹ ਕਹਿਣ ਲੱਗਾ ਗੁੱਸੇ ਨਾਲ ਹੀ ਗੁੱਸੇ ਨਾਲ ਜੱਲਾਦ 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 ਹੁੰਦਾ ਉਹ ਜਿਹੜਾ ਬੰਦਿਆਂ ਨੂੰ ਸਜ਼ਾ ਦਿੰਦਾ ਹੈ ਮਾਰਦਾ ਹੈ ਜਿਹੜਾ ਫਾਂਸੀ ਨਹੀਂ ਲਾਂਦਾ ਦੇਖਿਆ ਕਦੇ ਤੁਸੀਂ ਦੇਖਿਆ ਨਹੀਂ ਕਦੇ ਓਹੋ ਇਹ ਕਹਿਣ ਲੱਗਿਆ ਲੈ ਵੀ ਧਰਮ ਦੇ ਹੇਤੂਆ ਹੋ ਤਕੜਾ ਲੈ ਵੀ ਧਰਮ ਦੇ ਹੇਤੂਆ ਹੋ ਤਕੜਾ ਤੇਰੀ ਕਾਇਆ ਦਾ ਕੋਠੜਾ ਟੈਣ ਲੱਗਾ ਤੇਰੀ ਕਾਇਆ ਦਾ ਕੋਠਣਾ गल ना कहानी नहीं है टैन लगा समझ आना चाहिए किसी तेरी गल समझ नहीं आ रही समझ आनी चाहिए जो मैं बोल रहा जेडी भी गल किसी बोलना है ना जद भी कोई दोहा बोलना है हमेशा यह सोच के बोलना है कि आप दूजे गल समझानी है जिमें एक दूजे समझाने यार मेरे ने अज इदा हो गया यार ਇੱਦਾਂ ਹੋ ਗਿਆ ਕੱਲਾ ਕੱਲਾ ਵਰਡ ਬੋਲਦੇ ਆ ਇੱਦਾਂ ਜਦ ਵੀ ਦੋਹਾ ਜਾਂ ਕੋਈ ਵੀ ਕਵਿਤਾ ਬੋਲਣੀ ਕੱਲਾ ਕੱਲਾ ਅੱਖਰ ਬੋਲਣਾ ਜਿਹੜਾ ਵਰਡ ਹੈਵੀ ਆ ਉਹਨੂੰ ਥੋੜਾ ਗੱਜ ਕੇ ਬੋਲਣਾ ਗੁੱਸੇ ਨਾਲ ਸੀ ਇਹ ਜਲਾਦ ਕਹਿਣ ਲੱਗਾ ਗੁੱਸੇ ਨਾਲ ਜਲਾਦ ਗੁੱਸੇ ਨਾਲ ਜਲਾਦ ਇਹ ਕਹਿਣ ਲੱਗਾ ਲੈ ਬਈ ਧਰਮ ਦੇ ਹੇਤੂਆ ਹੋ ਤਕੜਾ ਤੇਰੀ ਕਾਇਆ ਦਾ ਕੋਠੜਾ ਟੈਣ ਲੱਗਾ ਮਤੀ ਦਾਸ ਉਦਾਸ ਨਾ ਰਤਾ ਹੋਇਆ ਮਤੀ ਦਾਸ ਮਤੀ ਦਾਸ ਉਦਾਸ ਉਦਾਸ ਨਾ ਰਤਾ ਹੋਇਆ ਨਾ ਰਤਾ ਹੋਇਆ ਰਤਾ ਦਾ ਮਤਲਬ ਹੁੰਦਾ ਹੈ ਇੰਨਾ ਕੋ ਵੀ ਨਾ ਕੋਈ ਪ੍ਰਵਾਹ ਨਹੀਂ ਆਉਣ ਦੇ ਮੌਤ ਨੂੰ ਚੱਕਰੇ ਕੋਈ ਨਹੀਂ ਹੱਸ ਕੇ ਖਸਾ ਲਾਂਗੇ ਮਤੀ ਦਾਸ ਉਦਾਸ ਨਾ ਰਤਾ ਹੋਇਆ ਖਿੜੇ ਮੱਥੇ ਹੱਸ ਕੇ ਮਤਲਬ ਖਿੜੇ ਮੱਥੇ ਤਸੀਹਾਂ ਨੂੰ ਸਹਿਣ ਲੱਗਾ ਖਿੜੇ ਮੱਥੇ ਤਸੀਹਾਂ ਖਿੜੇ ਖਿੜੇ ਮੱਥੇ ਖਿੜੇ ਮੱਥੇ ਤਸੀਹਾਂ ਤਸੀਹਾਂ ਨੂੰ ਨੂੰ ਸਹਿਣ ਲੱਗਾ ਸਹਿਣ ਲੱਗਾ ਜਿਵੇਂ ਆਪਾਂ ਕੋਈ ਦਰਦ ਸਹਿੰਦੇ ਆ ਨਾ ਐਵੇਂ ਸਹਿਣ ਲੱਗਾ ਲਾਈਟ ਵੀ ਕੋਈ ਗਿਆ ਮੇਰੇ ਵਾਤੇ ਵੀ ਸਹਿਣ ਲੱਗਾ ਖਿੜੇ ਮੱਥੇ ਤਸੀਹਾਂ ਨੂੰ ਸਹਿਣ ਲੱਗਾ ਲੈ ਬਈ ਧਰਮ ਦੇ ਹੇਤੂਆ ਹੋ ਤਕੜਾ ਲੈ ਬਈ ਧਰਮ ਦੇ ਹੇਤੂਆ ਹੋ ਤਕੜਾ ਤੇਰੀ ਕਾਇਆ ਦਾ ਕੋਠੜਾ ਤੇਰੀ ਕਾਇਆ ਦਾ ਕੋਠੜਾ ਟੈਣ ਲੱਗਾ ਯਾਦ ਹੋ ਗਿਆ ਮੈਂ ਦੁਬਾਰਾ ਆਸ ਦੇ ਸੀਸੀ ਉੱਤੇ ਰੱਖ ਆਰਾ ਤੇ ਗੁੱਸੇ ਨਾਲ ਸੀ ਜਲਾਦ ਇਹ ਕਹਿਣ ਲੱਗਾ ਗੁੱਸੇ ਨਾਲ ਸੀ ਇਹ ਜਲਾਦ ਕਹਿਣ ਲੱਗਾ ਗੁੱਸੇ ਨਾਲ ਜਲਾਦ ਇਹ ਕਹਿਣ ਲੱਗਾ ਲੈ ਵੀ ਧਰਮ ਦੇ ਹੇਤੂਆ ਹੋ ਤਕੜਾ ਲੈ ਵੀ ਧਰਮ ਦੇ ਹੇਤੂਆ ਹੋ ਤਕੜਾ ਤੇਰੀ ਕਾਇਆ ਦਾ ਕੋਠੜਾ ਟੈਣ ਲੱਗਾ ਮਤੀ ਦਾਸ ਉਦਾਸ ਨਾ ਰਤਾ ਹੋਇਆ ਖਿੜੇ ਮੱਥੇ ਤਸੀਹਾਂ ਨੂੰ ਸਹਿਣ ਲੱਗਾ
ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਇੱਧਰ ਆਇਓ ਇੱਧਰ ਆਇਓ ਸਾਹਮਣੇ ਆਪ ਉੱਤਰ ਇੱਧਰ। ਹਾਂਜੀ ਹਾਂਜੀ ਬਹਿ ਜਾਓ ਬਹਿ ਜਾਓ। ਨਿਥਾਨ ਹੈ ਇਹਦਾ ਨਾਮ ਨਿਥਾਨ। ਕੋਈ ਨਹੀਂ ਪੁੱਤ ਸਿੱਖਣ ਵਾਸਤੇ ਆ। ਹਾਂਜੀ ਕੀ ਹੋਇਆ? ਕੁਛ ਨਹੀਂ ਇਹ ਤਾਂ ਕਹਿੰਦਾ ਕੁਛ ਨਹੀਂ। ਸਿੱਖਣਾ ਸੀ। ਕੀ ਸਿੱਖਣਾ ਸੀ? ਗੱਤਕਾ। ਕਿਉਂ ਸਿੱਖਣਾ ਸੀ? ਪ੍ਰੈਕਟਿਸ ਕਰ। ਉੱਚੀ ਬੋਲੀ ਦਾ ਕਿਉਂ ਸਿੱਖਣਾ ਸੀ ਦੱਸੋ? ਜੇ ਜਵਾਬ ਦੇਤਾ ਫਿਰ ਆਪਾਂ ਪੱਕਾ ਸਿਖਾਵਾਂਗੇ। ਦੱਸੋ ਤੁਹਾਡਾ ਨਾਮ ਕੀ ਆ? ਨਿਧਾਨ ਸਿੰਘ। ਓਹੋ ਨਿਧਾਨ ਸਿੰਘ, ਵਾਹ ਜੀ ਵਾਹ, ਨਾ ਚੜ੍ਹਦੀ ਗੱਲ ਆ। ਆਪਣਾ ਕੀ ਕਹਿੰਦੇ ਫਿਰ ਵੀ ਦੱਸੋ ਗੱਤਕਾ ਕਿਵੇਂ? ਮੁਲੱਠੀ ਕਮਾ ਪੁੱਤ ਮੁਲੱਠੀ ਕਮਾ, ਕੱਠਣਾ ਨਹੀਂ ਸ਼ਸਤਰ ਲੈ ਜੀ। ਇੱਦਾਂ ਹੀ ਸ਼ੌਂਕ ਲਈ ਸਾਰਿਆਂ ਨੂੰ, ਸਾਰਿਆਂ ਨੂੰ ਉੱਚੀ ਦੇਣੀ, ਉੱਚੀ ਉੱਚੀ ਇੱਕ ਵਾਰੀ, ਇੱਕ ਵਾਰੀ ਉੱਚੀ ਦੇਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੋਰ ਦੇ ਸਾਡੇ ਉਹ ਸਾਡੇ ਸਿਰਾਂ ਉੱਤੇ ਚੱਲੀਆਂ ਆ ਰਹੀਆਂ ਨੇ। ਉਹ ਭੁੱਲੇ ਅੱਜ ਸਾਨੂੰ ਦਸਮੇਸ਼ ਪਿਤਾ, ਜਿਸ ਬਖਸ਼ੀਆਂ ਸਾਨੂੰ ਗਾ ਕੇ ਨਾਮ ਲਗਾ। ਉਹ ਭੁੱਲੇ ਅੱਜ ਜਿਸ ਬਖਸ਼ੀਆਂ ਸਾਨੂੰ ਸਰਦਾਰੀਆਂ ਨੇ, ਜਾਂਦੇ ਨੇ ਗੁਰਮਤਿ ਕਲਾਸਾਂ ਲਈ। ਸੋ ਜਿੱਦਾਂ ਕਿ ਤੁਸੀਂ ਦੇਖਿਆ ਕਿ ਸ਼ਬਦ ਜਿਹੜਾ ਹੈਗਾ ਗਾ ਰਹੇ ਸੀ ਬੜਾ